फिरोजपुर के जीरा मखू रोड से बीते दिन वापरे दिल कंबाऊ हादसे दौरान मारे जाने वाले इको परिवार के 11 मेंबरों का शुक्रवार को अति गमगीन माहौल में अंतिम संस्कार कर दिया गया। फिरोजपुर नेड़ले पिंड बहक पछाड़िया में हुए दर्दनाक सड़की हादसे में 11 लोगों की मौके पर ही मौत हो गई जबकि 3 लोग जख्मी हो गए। यह हादसा उस समय वापरिया जदों टवेरा गड्डी में सवार 14 लोग पट्टी वल नूं जा रहे सी। पिंड बहक पछाड़िया नेड़ले कोलिया नाल भरिया ट्रक टवेरा ते आ डिग्गिया इस कारण 11 लोगों की मौके पर ही मौत हो गई। मिली जानकारी अनुसार गड्डी विच 14 लोग सवार सी, ओह धार्मिक स्थान के दर्शन करके वापिस आ रहे सी जिस दौरान यह हादसा वापरिया। दर्दनाक हादसे नूं देख के हर किसी दी अखां नम सी। ਇਹ ਅੱਜ ਸਤਨਾਮ ਸਿੰਘ ਆ ਪਲਾ ਸੌਰ ਦਾ, ਇਹ ਫੈਮਿਲੀ ਦੇ ਨਾਲ ਮਹੀਆਂਵਾਲ ਮੱਥਾ ਟੇਕਣ ਗਿਆ ਸੀ। ਉੱਥੋਂ ਟੇਕ ਕੇ ਜਾ ਰਿਹਾ ਸੀ ਜਦੋਂ ਇੱਥੋਂ ਚੜ੍ਹਾਈ ਚੜ੍ਹਨ ਲੱਗੇ ਅਤੇ ਟਰੱਕ ਝੋਲ ਮਾਰ ਗਿਆ। ਉਹ ਉਹਦੇ ਉੱਤੇ ਗੱਡੀ ਦਾ ਡਿੱਗਣ ਕਰਕੇ ਇਹਦੇ 'ਚ 10 ਮੌਤਾਂ ਹੋ ਗਈਆਂ ਨੇ, 4 ਇੰਜਣ ਜਿਨ੍ਹਾਂ 'ਚੋਂ 2 ਬੱਚੇ ਅਤੇ 1 ਲੇਡੀ, 1 ਇਹਨਾਂ ਨੂੰ ਗਨਮੈਨ ਮਿਲਿਆ ਹੋਇਆ ਸੀ ਕਾਂਸਟੇਬਲ, ਉਹ 4 ਜ਼ਖਮੀ ਨੇ ਸਿਵਲ ਹਸਪਤਾਲ 'ਚ ਨੇ, ਆਊਟ ਆਫ ਡੇਂਜਰ ਨੇ, ਲੇਕਿਨ 10 ਦੀ ਮੌਤ। ਬਹੁਤ ਦੁੱਖ ਦੀ ਗੱਲ ਜੀ, ਪਹਿਲਾਂ ਵੀ ਮੇਰੇ ਬ੍ਰਦਰ ਦੀ ਗੋਲੀ ਮਾਰ ਕੇ ਹੱਤਿਆ ਹੋ ਗਈ। ਇਹ ਸਾਰੀ ਫੈਮਿਲੀ ਬਾਬਾ ਜੀ ਤੋਂ ਆ ਰਹੀ ਸੀ, ਟਵੇਰਾ ਗੱਡੀ ਸੀ ਇਹਨਾਂ ਦੇ ਕੋਲ, ਉਹ ਟਰਾਲਾ ਇਹਨਾਂ ਦੇ ਉੱਪਰ ਪਲਟੀ ਹੋ ਗਈ। ਬਸ ਜੀ ਸਾਨੂੰ ਇਨਸਾਫ ਚਾਹੀਦਾ, ਜਿਹੜਾ ਸਾਡਾ ਭਰਾ ਵੀ ਇੱਦਾਂ ਹੋਇਆ ਹੁੰਦਾ ਵੀ ਇਨਸਾਫ ਚਾਹੀਦਾ। ਬਾਕੀ ਜੋ ਚਲੋ ਵਾਹਿਗੁਰੂ ਨੂੰ, ਬਾਕੀ ਜੀ ਪੁਲਿਸ ਬਹੁਤ ਕਾਰਵਾਈ ਕਰ ਰਹੀ, ਬਹੁਤ ਸਾਡੀ ਸਹੂਲਤ ਕੀਤੀ, ਉਹਨਾਂ ਟਾਈਮ ਸਿਰ ਗੱਡੀਆਂ ਦਿੱਤੀਆਂ, ਐਂਬੂਲੈਂਸ ਦਿੱਤੀ ਆ, ਬਾਕੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।